ਇਹ ਕਹਾਣੀ ਦੋ ਮਿੱਤਰਾਂ ਦੀ ਹੈ ਜੋ ਕਿ ਆਪਣੀ ਜ਼ਿੰਦਗੀ ਨੂੰ ਬਹੁਤ ਗਲਤ ਤਰੀਕੇ ਨਾਲ ਜੀ ਰਹੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਦੇ ਜੀਵਨ ਵਿੱਚ ਪਰਮੇਸ਼ਵਰ ਦਾ ਅਨੁਗ੍ਰਹਿ ਹੁੰਦਾ ਹੈ ਅਤੇ ਦੂਸਰਾ ਮਿੱਤਰ ਕੰਮ ਦੇ ਸਿਲਸਿਲੇ ਵਿੱਚ ਬਾਹਰਲੇ ਦੇਸ਼ ਵਿੱਚ ਚਲਾ ਜਾਂਦਾ ਹੈ। ਫਿਰ 5 ਸਾਲ ਬਾਅਦ ਜਦੋਂ ਉਹ ਵਾਪਸ ਇੰਡੀਆ ਆਉਂਦਾ ਹੈ ਤਾਂ ਆਪਣੇ ਉਸੇ ਪੁਰਾਣੇ ਮਿੱਤਰ ਨੂੰ ਮਿਲਦਾ ਹੈ, ਪਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਮਿੱਤਰ ਪ੍ਰਭੂ ਯਿਸੂ ਨੂੰ ਮੰਨਣ ਲੱਗ ਪਿਆ ਹੈ ਤਾਂ ਉਹ ਆਪਣੇ ਮਿੱਤਰ ਨਾਲ ਬਹੁਤ ਗੁੱਸੇ ਹੁੰਦਾ ਹੈ। ਤਾਂ ਆਓ ਆਪਾਂ ਇਸ ਵੀਡੀਓ ਨੂੰ ਪੂਰਾ ਦੇਖਦੇ ਹਾਂ। ਮਾਲਾ ਮੇਰਾ ਫੋਨ ਕਿੱਥੇ ਪਿਆ? ਟਾਈਮ ਕਿੰਨਾ ਹੋ ਗਿਆ? ਉਹ ਤਾਂ ਤੈਨੂੰ ਮੈਂ ਕਹੀ ਤੇ ਜਾਣ ਡੀ ਆ, 11 ਵੱਜ ਗਏ ਆ। ਲਿਆਓ ਫਿਰ ਮੇਰੇ ਕੱਪੜੇ, ਨਾ ਤਾਂ ਮੈਂ ਵੀ ਫਿਰ ਮੈਂ ਵੀ ਜਾਣਾ ਹੈ ਕਿਤੇ। ਹੈਲੋ। ਹਾਂ ਮੀਤ ਗੱਲ ਕਰਨ ਡਿਆ, ਪਛਾਣਿਆ ਹੀ? ਹੋਰ ਸੁਣਾ ਕੀ ਹਾਲ ਚਾਲ ਆ?
ਹਾਂ ਹਾਂ ਪਛਾਣ ਲਿਆ ਵਾ, ਹਾਲ ਚਾਲ ਵਧੀਆ, ਨੰਬਰ ਕਿਹੜਾ ਲਿਆ ਹੁਣ? ਹਾਂ ਯਾਰ ਮੈਂ ਤੈਨੂੰ ਦੱਸਣਾ ਸੀ, ਮੈਨੂੰ 4 ਕੁ ਦਿਨ ਹੋ ਗਏ ਆ ਇੰਡੀਆ ਆਏ ਨੂੰ। ਹੋਰ ਘਰ ਪਰਿਵਾਰ ਕਿਵੇਂ ਆ ਸਾਰੇ? ਕੱਲ੍ਹ ਦਾ ਦੱਸ ਕੀ ਪ੍ਰੋਗਰਾਮ ਆ? ਹਾਂ ਘਰ ਪਰਿਵਾਰ ਸਾਰੇ ਠੀਕ ਠਾਕ ਆ। ਕੱਲ੍ਹ ਮੈਨੂੰ ਹੈ ਤਾਂ ਵੈਸੇ ਛੁੱਟੀ ਆ, ਬਾਕੀ ਦੱਸ ਦਿਓ ਤੁਸੀਂ ਕੀ ਕੰਮ ਆ। ਕੰਮ ਕੁੰਮ ਕੀ ਆ, ਮੈਂ ਕਿਹਾ 5 ਸਾਲ ਬਾਅਦ ਆਏ ਹਾਂ ਅਤੇ ਭਰਾ ਨੂੰ ਮਿਲ ਗਿਆ ਲਈਏ, ਪਾਰਟੀ ਸ਼ਾਰਟੀ ਕਰਦੇ ਹਾਂ। ਹਾਂ ਮਿਲਦੇ ਹਾਂ, ਕੋਈ ਗੱਲ ਨਹੀਂ, ਮਿਲਣਾ ਕਿਉਂ ਨਹੀਂ ਆ। ਹਾਂ ਚੱਲ ਠੀਕ ਆ, ਮਿਲਦੇ ਹਾਂ ਫਿਰ ਪੁਰਾਣੇ ਠੇਕੇ 'ਤੇ ਹੀ ਜਿੱਥੇ ਬਹਿੰਦੇ ਹੁੰਦੇ ਸੀ। ਉਹ ਨਹੀਂ ਯਾਰ, ਪੁਰਾਣੀਆਂ ਗੱਲਾਂ ਬੀਤ ਗਈਆਂ ਵਾ, ਹੁਣ ਮੇਰਾ ਪਹਿਲਾਂ ਵਾਲਾ ਜੀਵਨ ਨਹੀਂ ਰਿਹਾ। ਕੱਲ੍ਹ ਕੋਈ ਨਹੀਂ, ਤੂੰ ਸਿੱਧਾ ਘਰੇ ਆ ਜੀ, ਘਰੇ ਮਿਲਦੇ ਹਾਂ। ਪੁਰਾਣੀਆਂ ਗੱਲਾਂ, ਪਹਿਲਾਂ ਵਾਲਾ ਜੀਵਨ, ਇਹ ਕੀ ਕਹਿਤਾ ਜੀ? ਮੈਨੂੰ ਯਾਰ ਕਿਸੇ ਗੱਲ ਦਾ ਨਹੀਂ ਪਤਾ, ਤੂੰ ਠੇਕੇ 'ਤੇ ਆ ਜੀ, ਉੱਥੇ ਹੀ ਮਿਲਾਂਗੇ। ਨਹੀਂ ਨਹੀਂ ਅਜੇ ਨਹੀਂ ਤੈਨੂੰ ਕਿਸੇ ਗੱਲ ਦੀ ਸਮਝ ਲੱਗਣੀ, ਤੂੰ ਕੱਲ੍ਹ ਸਿੱਧਾ ਘਰੇ ਹੀ ਆ ਜੀ, ਘਰੇ ਕੋਈ ਨਹੀਂ ਹੈਗਾ, ਬੱਚੇ ਵੀ ਨਾਨਕੇ ਗਏ ਆ, ਘਰੇ ਆ ਜੀ, ਘਰੇ ਬਹਿ ਕੇ ਆਪਾਂ ਗੱਲਬਾਤ ਕਰਾਂਗੇ ਨਾਲੇ। ਚੱਲ ਭਰਾ ਜਿੱਦਾਂ ਤੇਰੀ ਮਰਜ਼ੀ, ਠੀਕ ਆ ਫਿਰ ਮਿਲਦੇ ਹਾਂ ਤੇਰੇ ਘਰੇ ਹੀ। ਮੈਂ ਤੈਨੂੰ ਹੱਲੇ ਵੀ ਕਹਿਣਾ ਕਿ ਬੋਤਲ ਇੱਥੇ ਲੈ ਆਉਂਦੇ ਆ ਤੇ ਇੱਥੇ ਪੈਕਸਾ ਗਲਾਉਂਦੇ ਆ। ਚੱਲ ਕੋਈ ਨਾ ਛੱਡ, ਮੈਂ ਲੈ ਕੇ ਚੱਲ ਜਿੱਦਾਂ ਤੇਰੀ ਮਰਜ਼ੀ ਜੀ।
ਫੜੋ ਤੁਸੀਂ ਪਾਣੀ ਪੀਓ ਤੇ ਮੈਂ ਕਾਫੀ ਲੈ ਕੇ ਦਿੰਦਾ। ਯਾਰ ਮੈਂ ਤੇਰੇ ਤੇ ਹੈਰਾਨ ਆ ਕਿ ਪੂਰੀ ਪੂਰੀ ਬੋਤਲ ਸ਼ਰਾਬ ਦੀ ਪੀਣ ਵਾਲਾ ਬੰਦਾ ਇਹ ਚਾਹ ਕੌਫੀ ਤੇ ਕਦੋਂ ਦਾ ਲੱਗ ਗਿਆ। ਭਰਾਵਾ ਮੇਰੀ ਜ਼ਿੰਦਗੀ ਨੂੰ ਤਾਂ ਤੂੰ ਜਾਣਦਾ ਹੀ ਹਾਂ, ਬਸ ਜਦੋਂ ਦਾ ਤੂੰ ਬਾਹਰ ਗਿਆ ਉਹ ਤੋਂ ਬਾਅਦ ਮੇਰੇ ਤੇ ਫਿਰ ਪ੍ਰਭੂ ਦਾ ਫਜ਼ਲ ਹੋ ਗਿਆ। ਬਾਈਬਲ ਵਿੱਚ ਲਿਖਿਆ ਵਾ ਕਿ ਪ੍ਰਭੂ ਯਸੂ ਮਸੀਹ ਜੀ ਆਏ ਪਾਪੀਆਂ ਨੂੰ ਬਚਾਉਣ ਦੇ ਲਈ ਹੈ, ਤੇ ਅੱਜ ਉਸੇ ਨਾਮ ਦੇ ਵਿੱਚ ਮੇਰੀ ਜ਼ਿੰਦਗੀ ਬਦਲ ਗਈ ਹੈ। ਮੈਨੂੰ ਸਾਰਾ ਪਤਾ, ਸੱਚੋ ਸੱਚ ਦੱਸ ਦੇ ਕਿੰਨੇ ਪੈਸੇ ਲਏ ਤੇ ਧਰਮ ਬਦਲਣ ਦੇ। ਮੈਂ ਵੀ ਉੱਧਰ ਬੈਠੇ ਨੇ ਬਥੇਰੀਆਂ ਵੀਡੀਓ ਵੇਖੀਆਂ ਕਿੱਦਾਂ ਲੋਕੀ ਪੈਸੇ ਲੈ ਲੈ ਕੇ ਧਰਮ ਬਦਲੀ ਜਾਂਦੇ ਆ। ਦੱਸ ਮੇਰਾ ਭਰਾ ਕਿੰਨੇ ਪੈਸੇ ਲਏ ਤੂੰ ਉਹਨਾਂ ਕੋਲ? ਲੱਖ, 2 ਲੱਖ, 3 ਲੱਖ? ਆਪਾਂ ਉਹਨਾਂ ਦੇ ਸਾਰੇ ਪੈਸੇ ਉਹਨੇ ਵਾਪਸ ਕਰ ਦਿੰਦੇ ਹਾਂ, ਕਿਸੇ ਗੱਲ ਦੀ ਕਮੀ ਨਹੀਂ ਤੇਰੇ ਭਰਾ ਕੋਲ। ਨਹੀਂ ਨਹੀਂ ਯਾਰ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਮੈਂ ਤੇਰੇ ਕੋਲ ਕੋਈ ਪੈਸਾ ਨਹੀਂ ਲਿਆ, ਤੂੰ ਬੈਠ। ਨਾਲੇ ਤੂੰ ਤੇ ਮੇਰੇ ਬਚਪਨ ਦਾ ਦੋਸਤ ਆ, ਤੈਨੂੰ ਮੈਂ ਝੂਠ ਬੋਲ ਸਕਦਾ? ਨਾਲੇ ਫਿਰ ਤੂੰ ਇਹ ਸੋਚ, ਜੇ ਮੈਂ ਪੈਸੇ ਲਏ ਹੁੰਦੇ ਜਾਂ ਧਰਮ ਬਦਲਿਆ ਹੁੰਦਾ ਤੇ ਆਪਾਂ ਨੂੰ ਕਿਹੜਾ ਇੱਥੇ ਕੋਈ ਵੇਖਣ ਡਿਆ? ਨਾ ਪਾਸਟਰ ਜੀ ਵੇਖਣ ਡੇ ਆ, ਨਾ ਫੈਮਿਲੀ ਘਰੇ ਆ। ਜੇ ਤੂੰ ਸ਼ਰਾਬ ਦੀ ਗੱਲ ਕਹਿੰਦਾ ਉਹ ਤੇ ਆਪਾਂ ਪੀ ਲੈਣੀ। ਤੇ ਸੁਣ ਵੀਰੇ, ਮੇਰਾ ਧਰਮ ਨੀ, ਮੇਰਾ ਮਨ ਬਦਲਿਆ ਵਾ। ਤੇ ਨਾਲੇ ਤੂੰ ਇਹ ਸੋਚ, ਸ਼ਰਾਬ ਦੀ ਪੂਰੀ ਪੂਰੀ ਬੋਤਲ ਪੀਣ ਵਾਲਾ ਬੰਦਾ ਸ਼ਰਾਬ ਤੋਂ ਨਾ ਕਰ ਸਕਦਾ? ਜੇ ਫਿਰ ਵੀ ਤੈਨੂੰ ਨਹੀਂ ਨਾ ਯਕੀਨ, ਤੈਨੂੰ ਮੈਂ ਆਪਣੇ ਬੈਂਕ ਬੈਲੈਂਸ ਚੈੱਕ ਕਰਵਾ ਦਿੰਦਾ ਵਾ, ਮੈਨੂੰ ਕਿੰਨੇ ਕੁ ਪੈਸੇ ਆਏ ਆ। ਹੁਣ ਜਿਹੜੇ ਭੈਣ ਭਰਾ ਏਦਾਂ ਕਹਿੰਦੇ ਆ ਕਿ ਈਸਾਈ ਲੋਕਾਂ ਨੂੰ ਪੈਸੇ ਦੇ ਦੇ ਕੇ ਧਰਮ ਬਦਲੀ ਜਾਂਦੇ ਆ, ਉਹ ਇਸ ਲਈ ਇਹ ਚੀਜ਼ ਕਹਿੰਦੇ ਆ ਕਿ ਉਹਨਾਂ ਨੂੰ ਸਵਾਦ ਦਾ ਨੀ ਪਤਾ, ਉਹਨਾਂ ਨੇ ਚੱਖਿਆ ਨੀ ਹਜੇ। ਮੇਰੇ ਕਹਿਣ ਦਾ ਭਾਵ ਆ ਜਿਵੇਂ ਕਿ ਆ ਗਿਰੀ ਆ, ਹੁਣ ਤੂੰ ਦੱਸ ਇਹ ਕੌੜੀ ਆ ਜਾਂ ਨਮਕੀਨ ਵਾਲੀ ਆ? ਹੈ ਕਮਲਾਣਾ ਆਵੇ ਤੇ ਇਹ ਤਾਂ ਖਾ ਕੇ ਪਤਾ ਲੱਗੂ ਕਿ ਕੌੜੀ ਆ ਕਿ ਨਮਕੀਨ ਆ। ਬਸ ਇਹੋ ਚੀਜ਼ ਤੇ ਤੈਨੂੰ ਮੈਂ ਸਮਝਾਉਣ ਡਿਆ ਵਾ ਕਿ ਜਦ ਤੱਕ ਅਸੀਂ ਕਿਸੇ ਚੀਜ਼ ਨੂੰ ਖਾਂਦੇ ਨੀ ਉਹਦਾ ਟੇਸਟ ਨੀ ਕਰਦੇ, ਸਾਨੂੰ ਟੇਸਟ ਦਾ ਕਿੱਦਾਂ ਪਤਾ ਲੱਗੂ? ਇਸੇ ਤਰ੍ਹਾਂ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਵਾ ਕਿ ਚੱਖੋ ਅਤੇ ਵੇਖੋ ਯਹੋਵਾ ਕਿੰਨਾ ਭਲਾ ਆ। ਤੇ ਮੈਂ ਚੱਖ ਕੇ ਵੇਖਿਆ ਆ, ਮੈਂ ਟੇਸਟ ਕਰਕੇ ਵੇਖਿਆ ਵਾ। ਇੱਕ ਸਮਾਂ ਸੀ ਮੈਂ ਵੀ ਇਸ ਤਰ੍ਹਾਂ ਸੋਚਦਾ ਸੀ ਕਿ ਲੋਕੀ ਲਾਲਚ ਲੈ ਲੈ ਕੇ ਆਪਣਾ ਧਰਮ ਬਦਲ ਜਾਂਦੇ ਆ, ਪਰ ਨਹੀਂ, ਮੈਂ ਉਸ ਸਮੇਂ ਗਲਤ ਸੀ ਭਰਾ ਮੇਰਿਆ। ਅੱਜ ਮੈਨੂੰ ਪ੍ਰਭੂ ਵਿੱਚ 3-3.5 ਸਾਲ ਹੋ ਚੱਲੇ ਆ ਤੇ ਉਦੋਂ ਦੀ ਮੇਰੀ ਜ਼ਿੰਦਗੀ ਬਦਲ ਗਈ ਆ। ਤੇ ਪ੍ਰਭੂ ਨੂੰ ਮੰਨਣ ਦੇ ਕਾਰਨ ਕੱਲੇ ਤੂੰ ਹੀ ਮੈਨੂੰ ਮਾੜਾ ਕਿਹਾ, ਸਾਡੇ ਰਿਸ਼ਤੇਦਾਰਾਂ ਨੇ ਵੀ ਕਿਹਾ ਹੈ। ਪਰ ਹੁਣ ਤੂੰ ਦੱਸ, ਜਦੋਂ ਮੈਂ ਤੇਰੇ ਨਾਲ ਬਹਿ ਕੇ ਸ਼ਰਾਬ ਪੀਂਦਾ ਹੁੰਦਾ ਸੀ, ਹੋਰ ਨਸ਼ੇ ਕਰਦਾ ਹੁੰਦਾ ਸੀ, ਆਪਣੇ ਸਾਰੇ ਪੈਸੇ ਨਸ਼ੇ ਦੇ ਵਿੱਚ ਉਡਾ ਆਉਂਦਾ ਹੁੰਦਾ ਸੀ, ਘਰ ਜਾ ਕੇ ਲੜਾਈ ਝਗੜਾ, ਕਲੇਸ਼, ਬੱਚਿਆਂ ਨੂੰ ਮਾਰਨਾ, ਵਿਆਹ ਹੋਣ ਦੇ ਬਾਵਜੂਦ ਪਰਾਈਆਂ ਇਸਤਰੀਆਂ ਵੱਲ ਧਿਆਨ ਦੇਣਾ, ਤੇ ਘਰ ਦਾ ਖਰਚਾ ਵੀ ਘਰ ਦੀ ਤੇ ਸਿਰੋਂ ਚੱਲਦਾ ਸੀ, ਤੇ ਹੋਰ ਪਤਾ ਨੀ ਕਿੰਨੀਆਂ ਕੋਈ ਬੁਰਾਈਆਂ ਸੀ। ਤੂੰ ਤੇ ਜਾਣਦਾ ਹੀ ਆ ਨਾ ਇਸ ਚੀਜ਼ ਨੂੰ। ਉਸ ਸਮੇਂ
ਕਿਸੇ ਰਿਸ਼ਤੇਦਾਰ ਕੋਲ ਟਾਈਮ ਨਹੀਂ ਸੀ ਸਾਡੇ ਘਰੇ ਆਣ ਕੇ ਸਮਝਾਉਣ ਦਾ। ਲੜਾਈ ਝਗੜਾ ਕਲੇਸ਼ ਸਾਰਾ ਕੁਝ ਸਾਡੇ ਘਰੇ ਹੀ ਨਾ, ਤੇ ਅੱਜ ਸਾਰੇ ਕਹਿੰਦੇ ਆ ਕਿ ਤੁਸੀਂ ਧਰਮ ਬਦਲ ਲਿਆ। ਹੁਣ ਤੂੰ ਚੰਗੀ ਤਰ੍ਹਾਂ ਜਾਣਦਾ ਕਿ ਮੈਂ ਕਦੇ ਵੀ ਇਸ ਪਾਪ ਵਾਲੀ ਜ਼ਿੰਦਗੀ 'ਚ ਬਾਹਰ ਆ ਸਕਦਾ। ਇਹ ਪ੍ਰਭੂ ਦਾ ਫਜ਼ਲ ਆ ਜੋ ਮੇਰੇ 'ਤੇ ਹੋਇਆ ਵਾ ਕਿ ਅੱਜ ਮੈਂ ਬਹੁਤ ਹੀ ਖੁਸ਼ ਹਾਂ ਕਿ ਮੈਨੂੰ ਪਾਪ ਵਾਲੀ ਜ਼ਿੰਦਗੀ ਵਿੱਚੋਂ ਕੱਢ ਕੇ ਇੱਕ ਨਵੀਂ ਜ਼ਿੰਦਗੀ ਦਿੱਤੀ ਆ, ਅਤੇ ਮੈਂ ਆਪਣੀ ਜ਼ਿੰਦਗੀ ਨੂੰ ਪ੍ਰਭੂ ਦੇ ਵਿੱਚ ਹੋ ਕੇ ਜੀ ਰਿਹਾ। ਅਤੇ ਮੈਂ ਤੈਨੂੰ ਲਾਸਟ ਵਿੱਚ ਇੱਕੋ ਗੱਲ ਕਹਿਣਾ ਚਾਹੁੰਦਾ ਵੱਡੇ ਵੀਰ, ਮੇਰੀ ਗੱਲ ਯਾਦ ਰੱਖੀ, ਤੈਨੂੰ ਜਦੋਂ ਵੀ ਲੱਗੇ ਕਿ ਤੇਰਾ ਛੋਟਾ ਭਰਾ ਕਿਤੇ ਫਸਿਆ ਵਾ ਅਤੇ ਇਹਨੂੰ ਪੈਸਿਆਂ ਦੀ ਬਹੁਤ ਸਖ਼ਤ ਜ਼ਰੂਰਤ ਹੈ, ਨਾਲੇ ਸੱਚ ਤੂੰ ਕਹਿਣ ਡਿਆ ਹੈ ਨਾ, ਤੂੰ ਜਿੰਨੇ ਵੀ ਪੈਸੇ ਲਏ ਉਹਨਾਂ ਕੋਲ, ਲੱਖ ਦੋ ਲੱਖ ਆਪਾਂ ਉਹਨਾਂ ਦੇ ਵਾਪਸ ਕਰ ਦਿੰਦੇ ਹਾਂ। ਅਤੇ ਵੱਡੇ ਵੀਰ, ਤੂੰ ਲੱਖ ਦੋ ਲੱਖ ਨੂੰ ਛੱਡ, ਜੇ ਕਿਸੇ ਦੇ ਹੱਥ ਤੂੰ ਕਰੋੜਾਂ ਵੀ ਭੇਜ ਦੇਗਾ ਨਾ ਕਿ ਪ੍ਰਭੂ ਨੂੰ ਛੱਡ ਦਿਓ, ਅਤੇ ਮੈਂ ਤਾਂ ਵੀ ਨਹੀਂ ਪ੍ਰਭੂ ਨੂੰ ਛੱਡੂੰਗਾ। ਇਹ ਮੇਰੀ ਜ਼ਿੰਦਗੀ ਪ੍ਰਭੂ ਯਸੂ ਦੇ ਲਹੂ ਨਾਲ ਖਰੀਦੀ ਗਈ ਹੈ ਅਤੇ ਇਹਦਾ ਮੁੱਲ ਕੋਈ ਵੀ ਇਨਸਾਨ ਨਹੀਂ ਲਗਾ ਸਕਦਾ। ਹੁਣ ਤੂੰ ਦੱਸ ਵੱਡੇ ਵੀਰ, ਮੇਰਾ ਧਰਮ ਬਦਲਿਆ ਜਾਂ ਮੇਰਾ ਜੀਵਨ ਬਦਲਿਆ? ਕਿੱਥੇ ਖੋ ਗਿਆ? ਖੋ ਤਾਂ ਕਿਤੇ ਨਹੀਂ ਗਿਆ ਯਾਰ, ਬਸ ਤੇਰੀਆਂ ਗੱਲਾਂ ਸੁਣ ਕੇ ਨਾ ਮੇਰੀਆਂ ਵੀ ਅੱਖਾਂ ਦੀਆਂ ਖੁੱਲ ਗਈਆਂ। ਗੱਲਾਂ ਤਾਂ ਤੇਰੀਆਂ ਸਾਰੀਆਂ ਠੀਕ ਆ, ਬਸ ਹੁਣ ਤੂੰ ਜਿੱਦਾਂ ਸਵਾਦ ਦੀ ਗੱਲ ਕਰਨ ਡਿਆ ਇਹ ਤਾਂ ਹੁਣ ਚੱਕ ਕੇ ਪਤਾ ਲੱਗੂ, ਪਰ ਇੱਕ ਗੱਲ ਹੀ ਦਿਲ ਨੂੰ ਸ਼ਾਂਤੀ ਤੇ ਸਕੂਨ ਜਿਹਾ ਮਿਲ ਗਿਆ ਈ। ਸੱਚੀ ਵੱਡੇ ਵੀਰ, ਤੇਰਾ ਧਰਮ ਨਹੀਂ ਤੇਰਾ ਜੀਵਨ ਹੀ ਬਦਲਿਆ। ਚੱਲ ਕੋਈ ਨਹੀਂ, ਮੈਂ ਵੀ ਦੇਖਦਾ ਹਾਂ ਤੇਰੇ ਨਾਲ ਐਤਕੀ ਐਤਵਾਰ ਜਾ ਕੇ। ਹਾਂ ਹਾਂ ਕੋਈ ਗੱਲ ਨਹੀਂ ਆਈ ਤੂੰ, ਕੋਈ ਨਹੀਂ ਆਪਾਂ ਇਕੱਠੇ ਜਾਵਾਂਗੇ ਐਤਵਾਰ, ਪਰ ਮੈਂ ਵਿਸ਼ਵਾਸ ਕਰਦਾ ਕਿ ਪ੍ਰਭੂ ਤੇਰੇ ਵੀ ਜੀਵਨ ਨੂੰ ਬਦਲ ਚੁੱਕਾ ਹੈ।